ਸਸਿਕਲ ਪਿਆਰੇ ਦੋਸਤੋ ਮੈਂ ਵੀ ਪੇਸ਼ ਕਰ ਬਾਗਬਾਨੀ ਵਿਕਾਸ ਅਫਸਰ ਜ਼ਿਲ੍ਹਾ ਮਾਨਸਾ ਸੋ ਦੋਸਤੋ ਇਸ ਛੋਟੀ ਜੀ ਵੀਡੀਓ ਰਾਹੀਂ ਅੱਜ ਆਪਾਂ ਗੱਲ ਕਰਾਂਗੇ ਸੋਏ ਦੀ ਖੇਤੀ ਬਾਰੇ ਸੋਏ ਨੂੰ ਅੰਗਰੇਜ਼ੀ ਚ ਡਿਲ ਕਹਿੰਦੇ ਹੈਗੇ ਆ ਔਰ ਇਹ ਇੱਕ ਮੈਡੀਸਨਲ ਔਰ ਐਰੋਮੈਟਿਕ ਪਲਾਂਟਸ ਹੈਗਾ ਇਸ ਦੀ ਗਿਣਤੀ ਮਸਾਲੇਦਾਰ ਖੁਸ਼ਬੂਦਾਰ ਜਾਂ ਓਸ਼ੀਦਾਰ ਬੂਟਿਆਂ ਦੇ ਵਿੱਚ ਹੁੰਦੀ ਹੈ ਸੋ ਇਹ ਤੁਸੀਂ ਇਸ ਦਾ ਬੀਜ ਦੇਖ ਰਹੇ ਹੈਗੇ ਹੋ ਇਹ ਜੀਰੇ ਵਾਂਗ ਜਾਂ ਜਿੱਦਾਂ ਸੌਂਫ ਹੁੰਦਾ ਹੈ ਜਾਂ ਜਿੱਦਾਂ ਗਾਜਰ ਦਾ ਬੀਜ ਹੁੰਦਾ ਸੋ ਉਦਾਂ ਇਸ ਦਾ ਬੀਜ ਨਜ਼ਰ ਆਉਂਦਾ ਹੈਗਾ ਔਰ ਇਸ ਦੀ ਖੇਤੀ ਵੀ ਜਿੱਦਾਂ ਗਾਜਰ ਸੌਂਫ ਅਜਵੈਨ ਜੀਰੇ ਦੀ ਖੇਤੀ ਹੁੰਦੀ ਹੈ ਸੋ ਉਦਾਂ ਹੀ ਇਸ ਦੀ ਖੇਤੀ ਹੁੰਦੀ ਹੈ ਸੋ ਇਹ ਜਿਹੜੀਆਂ ਆਪਣੀਆਂ ਨਰਮ ਜ਼ਮੀਨਾਂ ਹੈਗੀਆਂ ਜਾਂ ਜਿੱਥੇ ਪਾਣੀ ਦੀ ਘਾਟ ਹੈਗੀ ਹੈ ਖਾਸ ਕਰਕੇ ਰਾਜਸਥਾਨ ਹਰਿਆਣਾ ਜਾਂ ਪੰਜਾਬ ਦਾ ਜਿਹੜਾ ਕੰਢੀਕੇ ਏਰੀਆ ਹੈਗਾ ਸੋ ਉੱਥੇ ਇਸ ਦੀ ਖੇਤੀ ਬੜੀ ਮਸ਼ਹੂਰ ਹੈਗੀ ਹੈ ਪੰਜਾਬ ਚ ਤਾਂ ਹੌਲੀ-ਹੌਲੀ ਇਸ ਦੀ ਖੇਤੀ ਖਤਮ ਹੁੰਦੀ ਜਾ ਰਹੀ ਹੈਗੀ ਜਾਂ ਜਿਹੜੇ ਆਮ ਆਪਣੇ ਲੋਕ ਹੈਗੇ ਸੋ ਉਹਨਾਂ ਨੂੰ ਅਜਕਲ ਪਤਾ ਹੀ ਨਹੀਂ ਹੈਗਾ ਕਿ ਸੋ ਵੀ ਕੋਈ ਚੀਜ਼ ਹੁੰਦੀ ਹੈ ਸੋ ਇਹ ਮੈਡੀਸਨ ਦਾ ਪlant ਹੋਣ ਕਰਕੇ ਇਸ ਦੇ ਬੂਟੇ ਚ ਜਿੱਦਾਂ ਸੌਂਫ ਦੇ ਬੂਟੇ ਚ ਕਾਫੀ ਖੁਸ਼ਬੂ ਆਉਂਦੀ ਹੈਗੀ ਐ ਸੋ ਉਦਾਂ ਹੀ ਇਹਦੇ ਬੂਟੇ ਚ ਖੁਸ਼ਬੂ ਆਉਂਦੀ ਹੈਗੀ ਐ ਸੋ ਇਹ ਇਸ ਦੇ ਜਿਹੜੇ ਪੱਤੇ ਹੈਗੇ ਆ ਉਹ ਆਮ ਤੌਰ ਤੇ ਸਬਜ਼ੀ ਜਾਂ ਸੂਪ ਜਾਂ ਜਿਹੜੇ ਮਹਿੰਗੇ ਮਹਿੰਗੇ ਰੈਸਟੋਰੈਂਟਸ ਹੈਗੇ ਸੋ ਉੱਥੇ ਇਸ ਸੂਪ ਦੇ ਵਿੱਚ ਖਾਸ ਕਰਕੇ ਇਸ ਦੇ ਪੱਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਹੈਗੇ ਨੇ ਔਰ ਇਸ ਦੇ ਬੀਜਾਂ ਦਾ ਤੇਲ ਵੀ ਨਿਕਲਦਾ ਹੈਗਾ ਸੋ ਪੰਜਾਬ ਦੇ ਵਿੱਚ ਇਹ ਖਾਸ ਕਰਕੇ ਕੰਡੀ ਏਰੀਏ ਦੇ ਵਿੱਚ ਜਦੋਂ ਪਸ਼ੂਆਂ ਦਾ ਹਰਾਚਾਰਾ ਵੇਜਿਆ ਜਾਂਦਾ ਸੀ ਸੋ ਉਸ ਦੇ ਵਿੱਚ ਸੋਏ ਬੀਜੇ ਜਾਂਦੇ ਹੈਗੇ ਸੀ ਕਿਉਂਕਿ ਪਸ਼ੂ ਜਦੋਂ ਸੋਏ ਨੂੰ ਹਰੇਚਾਰੇ ਚ ਖਾਂਦੇ ਆ ਸੋ ਪਸ਼ੂਆਂ ਨੂੰ ਜਿਹੜੇ ਪੇੜ ਦੇ ਰੋਗ ਹੈ ਜਾਂ ਉਹਨਾਂ ਦੇ ਜਿਹੜੇ ਗੋਡੇ ਹੈਗੇ ਆ ਜਾਂ ਪਸ਼ੂਆਂ ਦੇ ਜੋ ਹੱਡ ਹੈਗੇ ਨੇ ਸੋ ਉਹ ਨਹੀਂ ਦੁਖਦੇ ਹੈਗੇ ਸੀ ਔਰ ਠੰਡ ਚ ਵੀ ਕਿਤੇ ਨਾ ਕਿਤੇ ਪਸ਼ੂਆਂ ਦਾ ਸਰੀਰ ਗਰਮ ਰਹਿੰਦਾ ਹੈਗਾ ਸੀ ਔਰ ਇਸ ਤੋਂ ਇਲਾਵਾ ਅਫਾਰੇ ਵਰਗੇ ਰੋਗ ਵੀ ਦੂਰ ਰਹਿੰਦੇ ਸੀ ਸੂਜੀ ਆਦਮੀ ਇਸ ਨੂੰ ਮਤਲਬ ਕੰਜ਼ੂਮ ਕਰਦਾ ਜਿੱਦਾਂ ਬਿਹਾਰ 'ਚ ਇਹ ਬੜਾ ਮਸ਼ਹੂਰ ਹੈਗਾ ਸੋ ਆਲੂ ਔਰ ਸੋਏ ਦੀ ਜਿਹੜੀ ਸਬਜ਼ੀ ਹੈਗੀ ਬਹੁਤ ਹੀ ਮਸ਼ਹੂਰ ਹੈਗੀ ਹੈ ਸੋ ਜੇ ਆਪਾਂ ਇਸ ਨੂੰ ਆਪਣੀ ਠੰਡ ਰੁੱਤ ਦੀ ਕਰੇਲੂ ਬਗੀਚੀ ਚ ਜਾਂ ਆਮ ਖੇਤਾਂ ਚ ਇਸ ਨੂੰ ਬੀਜ ਕੇ ਵਰਤੋਂ ਕਰਾਂਗੇ ਸੋ ਜਿਹੜੇ ਬਾਤ ਦੋਸ਼ ਹੈਗੇ ਨੇ ਖਾਸ ਕਰਕੇ ਜਿੱਦਾਂ ਗੋਡੇ ਜਾਂ ਹੋਰ ਜਿੰਨੇ ਵੀ ਜੁਆਇੰਟ ਪੇਨਸ ਹੈਗੇ ਸੋ ਉਸ ਦੇ ਵਿੱਚ ਕਾਫੀ ਰਾਹਤ ਮਿਲੇਗੀ ਔਰ ਇਸ ਤੋਂ ਇਲਾਵਾ ਇਹ ਖੁਸ਼ਬੂਦਾਰ ਬੂਟਾ ਹੋਣ ਕਰਕੇ ਜੇ ਆਪਾਂ ਕਰੇਲੂ ਬਗੀਚੀ ਚ ਬੀਜਾਂਗੇ ਸੋ ਇਸ ਦੇ ਉੱਤੇ ਬਹੁਤ ਸਾਰੀਆਂ तितਲੀਆਂ ਜਾਂ ਹੋਰ ਜਿਹੜੇ ਪੋਲੀਨੇਟਰਸ ਹੈਗੇ ਆ ਜਾਂ ਹੋਰ ਜਿੱਦਾਂ ਲੇਡੀ ਬਰਗ ਵਰਗੇ ਜਿਹੜੇ ਇਨਸੈਕਟਸ ਹੈਗੇ ਆ ਉਹ ਬਹੁਤ ਜ਼ਿਆਦਾ ਆਣਗੇ ਜਿਸ ਕਰਕੇ ਆਪਣੀ ਹੋਰ ਜਿਹੜੀ ਸਬਜ਼ੀ ਚ ਕੀੜੇ ਮਕੋੜੇ ਆ ਜਾਂ ਜੋ ਤੇਲਾ ਛਿੱਪਾ ਹੈਗਾ ਉਹ ਬਹੁਤ ਘੱਟ ਲੱਗੇਗਾ ਖਾਸ ਕਰਕੇ ਕੰਪੈਨੀਅਨ ਜਿਹੜਾ ਇਹ ਬਹੁਤ ਹੀ ਵਧੀਆ ਕੰਪੈਨੀਅਨ ਪਲਾਂਟ ਹੈਗਾ ਖਾਸ ਕਰਕੇ ਆਲੂ ਦੀ ਖੇਤੀ ਚ ਪਿਆਜ਼ ਜਾਂ ਲਸਣ ਦੀ ਖੇਤੀ ਸੋ ਆਲੂ ਪਿਆਜ਼ ਜਾਂ ਹੋਰ ਟਮਾਟਰ ਜਾਂ ਜਿਹੜੇ ਹੋਰ ਜਿਹੜੇ ਬੂਟੇ ਹੈਗੇ ਨੇ ਮਿਰਚਾਂ ਹੈਗੀਆਂ ਸੋ ਉਸ ਦੇ ਵਿੱਚ ਕਿਦੇ ਵੀ ਕੀੜਾ ਮਕੋੜਾ ਨਹੀਂ ਲੱਗੂ ਜੇ ਤੁਸੀਂ ਇਸ ਦੀ ਇੰਟਰ ਕ੍ਰੋਪਿੰਗ ਆਪਣੀ ਘਰੇਲੂ ਗੀਚਿਚ ਕਰੋਗੇ ਸੋ ਇਸ ਦਾ ਬੀਜ ਜਿਹੜਾ ਹੈਗਾ ਬੜਾ ਸਸਤਾ ਹੈਗਾ ਦੇ ਆਮ ਕਿਸੇ ਵੀ ਬੀਜ ਵਾਲੀ ਦੁਕਾਨ ਤੋਂ ਜਾਂ ਪੰਸਾਰੀ ਤੋਂ ਤੁਹਾਨੂੰ ਮਿਲ ਜੇਗਾ ਸੂ ਮੈਂ ਆਸ ਕਰਦਾ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੁਸੀਂ ਜਰੂਰ ਆਪਣੇ ਯਾਰਾਂ ਦੋਸਤਾਂ ਦੇ ਹੋਰ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਤੁਸੀਂ ਉਹਨਾਂ ਨਾਲ ਸ਼ੇਅਰ ਕਰੋ ਔਰ ਆਪਣੇ ਘਰੇਲੂ ਵਿੱਚ ਜਾਂ ਆਪਣੇ ਖੇਤਾਂ 'ਚ ਆਮ ਥੋੜਾ ਬਹੁਤ ਸੋਆ ਜਾਂ ਢੇਲ ਤੁਸੀਂ ਜਰੂਰ ਬੀਜੋ ਧੰਨਵਾਦ